ਜ਼ਿੰਦਾ ਇਹੋ ਜਿਹੀਆਂ ਪਤੰਗਾਂ ਦੀ ਲੋੜ ਕੋਈ ਨਹੀਂ। ਤੇ ਜਿਹੜੇ ਅਦਾ ਸ਼ਰੀਅਤ ਦੀਆਂ ਤਰੋੜਦੇ ਨੇ ਇਹੋ ਜਿਹੀਆਂ ਮਲੰਗਾਂ ਦੀ ਲੋੜ ਕੋਈ ਨਹੀਂ। ਸ਼ਾਇਰ ਕਹਿੰਦਾ ਵੱਲੀ ਨਜ਼ਰ ਦੇ ਨਾਲ ਸਭ ਕੁਝ ਠੀਕ ਕਰਦੇ ਇਹਨਾਂ ਮੁਸੀਬਤਾਂ ਤੇ ਜੰਗਾਂ ਦੀ ਲੋੜ ਕੋਈ ਨਹੀਂ। ਗਾਜ਼ੀ ਚਾਹੀਦਾ ਇਸ਼ਕ ਬਿਲਾਲ ਵਰਗਾ, ਮੇਰੇ ਮੌਲਾ ਨੂੰ ਰੰਗਾਂ ਦੀ ਲੋੜ ਕੋਈ ਨਹੀਂ। ਓਏ ਅੱਲ੍ਹੋਏ ਅੱਜ ਦੀ ਰਾਤ ਤੋਂ ਮੈਂ ਰਾਜਮਾਰੀ ਪੜ ਕੇ ਰੱਬ ਜਾਣੇ ਕਿਹੜਾ ਰੰਗ ਉਹ ਸੀ ਉਹ ਤੂੰ ਉਹ ਤੁਸਾਂ ਦੇ ਵਿਛੜੇ ਨਾ ਯਾਰ ਮਿਲ ਸਣ ਵਿਛੜੇ ਦੀ ਯਾਰ ਮਿਲ ਸਣ ਕੋਈ ਬੱਲਾ ਭੁੱਲੇ ਬੜਾ ਉਹ ਸੰਗੀ ਉਹ ਸੀ ਕੋਈ ਉਹ ਗੱਲ ਦੱਸੋ ਜਿਹੜੀ ਉਹ ਯਾਦ ਰੱਖੀਏ ਕੋਈ ਉਹ ਗੱਲ ਦੱਸੋ ਜਿਹੜੀ ਯਾਦ ਰੱਖੀਏ ਜਦੋਂ ਉਹ ਤੁਸਾਂ ਭਾਜੋ ਦਿੱਲੀ ਉਹ ਤੰਗੀ ਉਹ ਸੀ ਮੇਲੇ ਉਹ ਫੇਰ ਮੁਹੰਮਦਾਂ ਨੇ ਕਿਸਮਤਾਂ ਦੇ ਪਤੰਗੀ ਉਹ ਸੀ ਉਹ ਲਾਮ ਲਾ ਕੇ ਤੇ ਜਾਨੀ ਉਹ ਤੁਰ ਕੇ ਨੀ ਲਾਮ ਲਾ ਕੇ ਤੇ ਜਾਨੀ ਉਹ ਤੁਰ ਕੇ ਨੀ ਉਹ ਸੁਣੇ ਸਾਡੀ ਹਵੇਲੀਆਂ ਤੇ ਮੰਜ਼ਲਾਂ ਨੂੰ ਜੇ ਮੈਂ ਜਾਣਦੀ ਸੱਜਣਾ ਉਹ ਨਦ ਜਾਣੇ ਅੰਦਰਾਂ ਨੂੰ ਲਿੱਟਾਂ ਜੀ ਖੁੱਲੀਆਂ ਜੋਗੀ ਦਾ ਉਹ ਬੇਸ ਕਰਕੇ ਲਿੱਟਾਂ ਜੀ ਖੁੱਲੀਆਂ ਜੋਗੀ ਦਾ ਉਹ ਬੇਸ ਕਰਕੇ ਨੀਤੀ ਉਹ ਢੂੰਡਣ ਜਾਂਦਾ ਇਹਨਾਂ ਜੰਗਲਾਂ ਨੂੰ ਇਹ ਸੋ ਗੱਲ ਦੀ ਖਬਰ ਹੋਏ ਚੱਲਾ ਲੈਣਾ ਖਬਰ ਹੋਏ ਚੱਲਾ ਲੈਣਾ ਕੌਣ ਮਰੇ ਜੀਵੇ ਦਿਨਾਂ ਜੀ ਪੰਦਰਾਂ ਨੂੰ ਉਹ ਕੌਣ ਮਰੇ ਜੀਵੇ ਦਿਨਾਂ ਉਹ ਪੰਦਰਾਂ ਨੂੰ ਸੁਣਦਾ ਜੀ ਯਾਰ ਮੇਰਾ ਉਹ ਮੇਰੇ ਓਠ ਕੁਰਲਾਉਂਦੀ ਦੇ ਸੁੱਕ ਕੇ ਨੇ ਲੱਖਾਂ ਜੀ ਅਕਲ ਦੇ ਤੀਰ ਹੋਏ ਚੱਲਾ ਬੈਠੀ ਲੋ ਜਨਾਬ ਤੁਹਾਨੂੰ ਬਿਆਨ ਯੂਸਫ ਅਲੈਹਿਸ ਸਲਾਮ ਦਾ ਉਸ ਵਕਤ ਦਾ ਸੁਣਾਉਣ ਲਗਾ। ਇਹ ਭਾਈ ਹਾਲਤ ਦੀ ਫਰਮਾਇਸ਼ ਦੇ ਜਨਾਬ ਇਹ ਭਾਈ ਵੀ ਸਾਡੇ ਗੁਆਂਢੀ ਵੀ ਨੇ, ਭਰਾ ਵੀ ਨੇ ਸਾਡੇ, ਇਹਨਾਂ ਨੇ ਫਰਮਾਇਸ਼ ਕੀਤੀ ਕਿ ਯੂਸਫ ਅਲੈਹਿਸ ਸਲਾਮ ਦਾ ਸਾਨੂੰ ਬਿਆਨ ਸੁਣਾਓ। ਤੋ ਜਨਾਬ ਆਖਰੀ ਆਈਟਮ ਹੈ, ਇਸ ਤੋਂ ਬਾਅਦ ਯੂਸਫ ਅਲੈਹਿਸ ਸਲਾਮ ਨੂੰ
ਬਾਪ ਜਦੋਂ ਵਿਦਿਆ ਕਰਦੇ ਨੇ ਭਾਈਆਂ ਦੇ ਨਾਲ ਸ਼ਿਕਾਰ ਜਾਣ ਵਾਸਤੇ, ਉਸ ਵਕਤ ਦਾ ਬਿਆਨ ਹੈ। ਅਲਵਿਦਾ ਮਾਂ ਕਿਨਿਆਨ ਯੂਸਫ ਬਾਪ ਦਿਲੇ ਜਿਸ ਮਨਾਮ ਦਾਈ। ਲਖਤੇ ਜਿਗਰ ਤਾਈ ਕਰਕੇ ਜਿਗਰ ਦੂਣਾ ਅੱਥੀ ਮਲ ਮਲ ਹੂਬ ਨੁਆਮ ਦਾਈ। ਜ਼ੁਲਫਾਂ ਕਾਲੀਆਂ ਲੈਲਾ ਤੁਲ ਕਦਰ ਨੂਰੀ ਅੰਬਰ ਮੁਸ਼ਕ ਖੁਸ਼ਬੂ ਲਗਾਉਂਦਾਈ। ਤੇ ਜਿਸਮ ਪਾਕ ਅਸ਼ਨਾਕ ਤੇ ਪਾਕ ਨਬੀ ਤਯਬ ਪਾਕ ਪੁਸ਼ਾਕ ਪਹਿਨਾਉਂਦਾਈ। ਕੰਗੀ ਫੇਰ ਸਵਾਰ ਸਿਆਹ ਗੇਸੂ ਸੁਰਮਾ ਸੋਹਣਿਆ ਨੈਣਾ ਵਿੱਚ ਪਾਉਂਦਾਈ। ਯੂਸਫ ਅਲੈਹ ਸਲਾਮ ਨੂੰ, ਯੂਸਫ ਅਲੈਹ ਸਲਾਮ ਦੇ ਬਾਪ ਨੇ ਜਦੋਂ ਯਾਕੂਬ ਅਲੈਹ ਸਲਾਮ ਨੇ ਤਿਆਰ ਕੀਤਾ, ਕਿਉਂਕਿ ਵਾਲਦਾ ਤਾਂ ਦੁਨੀਆ ਤੋਂ ਅੱਕ ਹੋ ਗਏ ਸਨ, ਅਤੇ ਬਾਪ ਨੇ ਮਾਂ ਵਾਲਾ ਫਰਜ਼ ਪੂਰਾ ਕੀਤਾ, ਆਪਣੇ ਬੇਟੇ ਨੂੰ ਤਿਆਰ ਕਰਕੇ ਆਪਣੇ ਵੀਰਾਂ ਦੇ ਨਾਲ, ਯੂਸਫ ਅਲੈਹ ਸਲਾਮ ਦੇ ਵੀਰਾਂ ਦੇ ਨਾਲ ਭੇਜਣ ਦੀ ਤਿਆਰੀ ਕਰਦੇ ਨੇ। ਤਾਂ ਉਸ ਵਕਤ ਦਾ ਬਿਆਨ, ਯਾਕੂਬ ਅਲੈਹ ਸਲਾਮ ਆਪਣੇ ਬੇਟੇ ਨੂੰ ਆਖਰੀ ਅਲਵਿਦਾ ਕਰਦੇ ਨੇ ਅਤੇ ਕੀ ਆਉਂਦੇ ਨੇ। ਲੈਓ ਜਾਨੀਆਂ ਪੀਓ ਅਮਾਨ ਅੱਲਾ, ਲੈਓ ਜਾਨੀਆਂ ਪੀਓ ਅਮਾਨ ਅੱਲਾ ਤੇ ਨਬੀ ਦੋਲਦਾ ਕਦਮ ਉਠਾਉਂਦਾ ਹੀ ਉਹ ਆਇਆ ਸ਼ਜਰ ਅਲਵਿਦਾ ਕੇ ਨਾਲ ਰੋਂਦਾ। ਚਲਾਉਂਦਾਈ ਯੂਸਫ ਕਹਿ ਕਿਉਂ ਬਾਬਾ ਜੀ ਰੋਂਦੇ ਹੋ। ਯੂਸਫ ਕਹਿ ਕਿਉਂ ਬਾਬਾ ਜੀ ਰੋਂਦੇ ਹੋ, ਦਾਇਮ ਰੋ ਕੇ ਨਬੀਏ ਫਰਮਾਉਂਦਾਈ, ਉਹ ਦਾਇਮ ਰੋ ਕੇ ਨਬੀਏ ਫਰਮਾਉਂਦਾਈ। ਦਰਦ ਕੰਮ ਤੇਰਾ ਦਮ ਦਮ ਖਾਈ ਜਾਂਦਾ। ਦਰਦੋ ਗਮ ਤੇਰਾ ਦਮ ਦਮ ਖਾਈ ਜਾਂਦਾ, ਉਹ ਖੁਸ਼ੀ ਚੈਨ ਕੇ ਨੇ ਜਾਲੀ ਉਹ ਬਾਲੀ ਯੂਸਫ ਤੇਰੇ ਹਿਜਰ ਫਰਾ ਕੋਈ ਚੁਕਾਈ ਬਾਲੀ। ਮੇਰੇ ਗੱਲ ਯੂਸਫ ਹਾਲੀ ਤਾਕੀ ਆ ਗੋਸ਼ ਨਾ ਆਇਓ ਯੋਸ਼ ਰਹਿ ਗਈ। ਹਾਲੀ ਤਾਕੀ ਆ ਗੋਸ਼ ਨਾ ਜੀ ਹੋਸ਼ ਰਹਿ ਗਈ, ਔਰ ਹੋਸ਼ ਸੈਂ ਆਈ ਉਹ ਸਾਲ ਯੂਸਫ ਲੱਗੇ ਪਤਾ ਨਹੀਂ ਆਹਰ ਕੀ ਉਹ ਸੀ। ਯੂਸਫ ਇੱਕ ਘੜੀ ਨਾ ਤੈਨੂੰ ਉਹ ਭੁੱਲਾ ਸਮੈਂ। ਘੜੀ ਨਾ ਤੈਨੂੰ ਦੀ ਭੁੱਲਾ ਸਮੈਂ, ਤੂੰ ਵੀ ਨਜ਼ਰ ਰੱਖੀ ਮੇਰੇ ਵਾਲੀ ਯੂਸਫ ਪਈ ਸਾਡੀ ਏ ਤਪਿਸ਼।
ਜਲਾਲੀ ਯੂਸਫ ਉਹ ਤਸ਼ਾਂ ਲੱਗ ਹਾਂ ਜਾਲੀ ਓਏ ਜਲਾਲ ਜਾਣੇ ਚੱਲ ਜਮਾਲ ਦੇ ਚੱਲ ਯੂਸਫ ਉਹ ਤੇਰੇ ਵੱਲ ਨਾ ਸੀ ਹਰ ਦਮ ਨਜ਼ਰ ਮੇਰੀ ਤੇਰੇ ਵੱਲ ਨਾ ਸੀ ਹਰ ਦਮ ਨਜ਼ਰ ਮੇਰੀ ਉਹ ਤੂੰ ਨਜ਼ਰ ਰੱਖੀ ਮੇਰੇ ਵੱਲ ਯੂਸਫ ਉਜਰਾ ਕਿਜਰ ਜੁਦਾਈ ਦਾ ਉਹ ਮਲ ਦਾਇਮ ਯਾਦ ਕਰਸਾਂ ਪਲ ਪਲ ਯੂਸਫ ਪਾਕਿਸਤਾਨ ਜ਼ਿੰਦਾਬਾਦ।